जथेदार साहब शुरू करिए जी। हाँ जी अंकल, आओ जी सारी संगत का आज दे वडियाई विचार विच स्वागत है जी। बाणी फरमान है जी, जिना अंतर नाम निदान है गुरबाणी विचार, तिनके साध मुख उजले तित सच्चे दरबार। आप सारे तनमंत हो जो सुबह सवेरे बड़ी प्यारी सवेर सतगुरु सच्चे पातशाह ने सानू दिती है, मिठी मिठी रुत है। आओ अज रल के सारे जने असी अमृत अंदर नाम निदान गुरबाणी विचार अनुसार अज दे विचार
सच्चे पातशाह ने सानू बख्शिश की है, शुक्र है पातशाह का। पहला रल के सतगुर सच्चे पातशाह दसवें पातशाह की दित्ती फतेह की सांझ करते हाँ। आओ जी रल के गज के बोलिए जी, वाहेगुरु जी का खालसा, वाहेगुरु जी की फतेह जी। उपरंत बेनती है, अज मनदीप बेटी की वारी है जाप दी। मैं बेटी नूं बेनती करांगा कि आओ पहला बड़े प्यार नाल वाह जी, सारी सारा परिवार जुड़ बैठा है, बहुत आनंद जी। वाहेगुरु जी की फतेह जी। वाहेगुरु जी की फतेह जी, फतेह जी, फतेह जी, फतेह। अज बड़े बड़े प्यारियां आवाजां सानू सुनाई दित्तियां जी। एक मिनट लैके आओ जी सहज वीर जी, मनदीप कौन उन्हां नूं सारे परिवार नूं। हा हा हा, मनदीप कौर जी तुहाडे सज्जे हत्थ कौन बैठे ने बेटी? भूआ जी दी बेटी। की नाम दस्या सी इन्हां ने? खुशप्रीत कौर। हाँ याद आ गया जी मेनू। सामने सिंह साहब कौन बैठे ने जी? अच्छा मेरा ब्रदर है। ए ब्रदर है तुहाडा? की नाम है जी? नहीं समझ आ रही जी।
साहिब सिंह। हां जी सर। वाह जी वाह, वाकई जी सामने बैठे साहिब सिंह ही लग रहे ने जी। ते नाल कौन ने बेटा थोड़े? दादी जी ने। हां जी। वाह जी वाह, दादी जी ने फतेह बुलाओ जी। साडी वाहिगुरु जी का खालसा वाहिगुरु जी की फतेह। जी फतेह। मनदीप कौर जी, जेडे पुराने बुजुर्ग होंगे ने ना दादी जी, ਉਹਨਾਂ ਕੋਲ ਬਹੁਤ ਸਿਆਣਪ ਹੁੰਦੀ ਹੈ, ਸਾਡੇ ਨਾਲ ਕਿਤੇ ਵੱਧ ਸਿਆਣਪ ਹੁੰਦੀ ਹੈ, ਹਨਾ। ਸਾਨੂੰ ਬਹੁਤ ਸਾਰਾ ਗੁਰਬਾਣੀ ਬਾਰੇ ਵੀ ਤੇ ਦੁਨੀਆਵੀ ਗਿਆਨ ਬਾਰੇ ਵੀ ਗਾਈਡ ਕਰ ਸਕਦੇ ਨੇ। ਤੇ ਦਾਦੀ ਜੀ ਨੂੰ ਵੀ ਕਿਹਾ ਕਰੋ ਕਿ ਸਾਨੂੰ ਆਪਣੇ ਵਿਚਾਰ ਜ਼ਰੂਰ ਦੇਣ ਜੀ, ਜਿਹਨਾਂ ਨੇ ਮਨਦੀਪ ਕੌਰ ਨੂੰ ਸਿਖਾਇਆ ਹੈ। ਇਹਦਾ ਮਤਲਬ ਉਹਨਾਂ ਕੋਲ ਵੀ ਬਹੁਤ ਕੁਛ ਹੋਏਗਾ, ਹਨਾ। ਦਾਦੀ ਜੀ ਨੂੰ ਸਾਡੇ ਵੱਲੋਂ ਰਿਕੁਐਸਟ ਕਰਨਾ ਜੀ, ਬੇਨਤੀ ਕਰਨਾ ਕਿ ਉਹ ਵੀ ਸਾਨੂੰ ਜ਼ਰੂਰ ਆਪਣੇ ਵਿਚਾਰ ਦਿਆ ਕਰਨ ਜੀ। ਠੀਕ ਹੈ ਜੀ। ਚਲੋ ਜੀ, ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਜੀ, ਜਿਹਨਾਂ ਨੇ ਰਲ ਕੇ ਸਾਨੂੰ ਇੰਨੀ ਪਿਆਰੇ ਪਿਆਰੇ ਆਵਾਜ਼ਾਂ ਚ, ਜਦੋਂ ਸੰਗਤੀ ਰੂਪ ਵਿੱਚ ਜਾਪ ਹੁੰਦਾ ਨਾ, ਉਹਦਾ ਆਨੰਦ ਵੱਖਰਾ ਹੁੰਦਾ ਜੀ। ਬਹੁਤ ਪਿਆਰਾ ਸਾਰਾ ਤੁਸੀਂ ਇਹ ਜਿਹੜਾ ਜਾਪ ਕਰਾਇਆ ਜੀ, ਬਹੁਤ ਧੰਨਵਾਦ ਬੇਟਾ ਮਨਦੀਪ ਕੌਰ ਜੀ ਦਾ। ਸ਼ਾਬਾਸ਼, ਅੱਗੋਂ ਵੀ ਇਸ ਤਰ੍ਹਾਂ ਹੀ ਜੁੜਨਾ ਜੀ। ਮੈਂ ਬੇਨਤੀ ਕਰਾਂਗਾ ਨਰਿੰਦਰ ਪਾਲ ਜੀ, ਜਸਮੀਨ ਕੌਰ ਜੀ ਦੇ ਪਰਿਵਾਰ ਨੂੰ ਕਿ ਅੱਜ ਸਾਨੂੰ ਸਲੋਕ ਦੀ ਸੇਵਾ ਵੀ ਕਰਾਂਗੇ ਤੇ ਨਾਲ ਆਪਣੇ ਵਿਚਾਰ ਵੀ ਦੇਣਗੇ ਜੀ। ਆਓ ਜੀ, ਮੈਂ ਸਾਰੀ ਸੰਗਤ ਨੂੰ ਦੁਬਾਰਾ ਬੇਨਤੀ ਕਰਾਂਗਾ, ਜਿੰਨੇ ਵੀ ਅਸੀਂ 20 ਪਰਿਵਾਰ ਜੁੜੇ ਹਾਂ ਜੀ, ਸਾਰੇ ਜਾਣੇ ਬਜ਼ੁਰਗ ਵੀ, ਵੱਡੇ ਵੀ, ਮੇਰੀ ਉਮਰ ਦੇ ਵੀ, ਬੱਚੇ ਵੀ, ਸਭ ਵਿਚਾਰ ਜ਼ਰੂਰ ਕਰਨ ਜੀ, ਕਿਉਂਕਿ ਗੁਰਪਾਣੀ ਪਾਤਸ਼ਾਹ ਸਿਰੇ ਸਿਰੇ ਅੱਜ ਮੈਨੂੰ ਇੱਕ ਫਰਮਾਨ ਬੜਾ ਪਿਆਰਾ ਉਹਨਾਂ ਨੇ ਦਿੱਤਾ ਜੀ, ਕਿ ਜਿਹਨਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿੱਚ, ਆ ਤੇ ਹੁੰਦਾ ਕੀ ਆ ਉਹਦੇ ਨਾਲ, ਤਿਨਕੇ ਸਦ ਮੁੱਖ ਉਜਲੇ, ਹਮੇਸ਼ਾ ਮੁੱਖ ਉਜਲੇ ਰਹਿਣਗੇ ਉਹਨਾਂ ਦੇ, ਹਮੇਸ਼ਾ ਸੱਚੇ ਦਰਬਾਰ ਚ ਜਿਉਂਦਾ ਵੀ ਤੇ ਜੀਉਣ ਤੋਂ ਬਾਅਦ ਵੀ ਉਸ ਦਰਬਾਰ ਵਿੱਚ ਰਹਿਣਗੇ, ਹਮੇਸ਼ਾ ਉਹਨਾਂ ਦੇ ਮੁੱਖ ਉਜਲੇ ਰਹਿਣਗੇ। ਆਓ ਜੀ, ਅੱਜ ਵਿਚਾਰ ਸ਼ੁਰੂ ਕਰੀਏ ਜੀ। ਆਓ ਵੀਰ ਨਰਿੰਦਰਪਾਲ ਸਿੰਘ ਜੀ, ਆਪਣੀ ਮਿੱਠੀ ਪਿਆਰੀ ਆਵਾਜ਼ ਵਿੱਚ ਸਾਨੂੰ ਸਿਮਰਨ ਸਰਵਣ ਕਰਾਓ ਜੀ, ਨਾਲੇ ਸਲੋਕ ਨਾਲੇ ਵਿਚਾਰ। 77ਵਾਂ ਸਲੋਕ ਅੱਜ ਕਬੀਰ ਪਾਰਸ ਚੰਦਰ। ਵਾਹ ਜੀ, ਆਪ ਹੀ ਨਰਿੰਦਰਪਾਲ ਜੀ ਪਾਰਸ ਮਹੀਨੇ ਦੇ ਚੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰਿੰਦਰਪਾਲ ਜੀ, ਤੁਹਾਡੀ ਫੋਟੋ ਵੀ ਟੇਢੀ ਆ ਰਹੀ ਹੈ ਜੀ, ਉਹਨੂੰ ਰੋਟੇਟ ਕਰ ਲਓ। ਹਾਂਜੀ, ਕਰਦਾ ਜੀ। ਹਾਂ, ਹੁਣ ਠੀਕ ਹੈ ਜੀ, ਸਿੱਧੀ ਹੋ ਗਈ, ਸਾਨੂੰ ਵੀ ਟੇਢੇ ਹੋ ਕੇ ਦੇਖਣਾ ਪੈ ਰਿਹਾ ਸੀ। ਨਹੀਂ, ਤੁਸੀਂ ਸਾਨੂੰ ਸਿੱਧੇ ਕਰਨ ਵਾਲੇ ਗੁਰੂ ਸਾਹਿਬ, ਕਿਰਪਾ ਕਰਨ ਜੀ। ਆਓ ਜੀ। ਵਾਹਿਗੁਰੂ ਸਾਹਿਬ ਜੀ। ਕਬੀਰ ਪਾਰਸ ਚੰਦਨੇ ਤਿਨੇ ਹੈ ਏਕ ਸੁਗੰਧ, ਤਹਿ ਮਿਲ ਤੇ ਉਤਮ ਭਏ ਲੋ ਕਾਠ ਨਿਰਗੰਧ। ਕਬੀਰ ਪਾਰਸ ਚੰਦਨੇ ਤਿਨੇ ਹੈ ਏਕ ਸੁਗੰਧ, ਤਹਿ ਮਿਲ ਤੇ ਉਤਮ ਭਏ ਲੋ ਕਾਠ ਨਿਰਗੰਧ। ਅਰਥ ਪਦਾਰਥ, ਚੰਦਨੇ ਚੰਦਨ ਵਿੱਚ, ਪਾਰਸ ਚੰਦਨੇ ਪਾਰਸੇ ਚੰਦਨੇ ਪਾਰਸ ਵਿੱਚ ਤੇ ਚੰਦਨ ਵਿੱਚ ਤਿੰਨ ਹੈ, ਇਹਨਾਂ ਪਾਰਸ ਤੇ ਚੰਦਨ ਵਿੱਚ ਹੈ ਸੁਗੰਧ ਗੁਣ ਖੁਸ਼ਬੂ, ਤਹਿਮਿਲ ਇਹਨਾਂ ਪਾਰਸ ਤੇ ਚੰਦਨ ਨੂੰ ਮਿਲ ਕੇ, ਤੇਊ ਉਹ ਵੀ, ਉਹ ਕਾਠ ਤੇ ਲੋਹਾ ਵੀ, ਕਾਠ ਨਿਰਗੰਧ ਲੱਕੜੀ ਜਿਸ ਵਿੱਚ ਕੋਈ ਸੁਗੰਧੀ ਨਹੀਂ। ਅਰਥ, ਹੇ ਕਬੀਰ, ਪਾਰਸ ਅਤੇ ਚੰਦਨ ਇਹਨਾਂ ਦੋਹਾਂ ਵਿੱਚ ਇੱਕ ਇੱਕ ਗੁਣ ਹੈ, ਲੋਹਾ ਅਤੇ ਸੁਗੰਧੀ ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ, ਲੋਹਾ ਪਾਰਸ ਨੂੰ ਛੋਹ ਕੇ
सोना बन जाता है। सधारण रुख चंदन के नेड़े रह के सुगंधी वाला हो जाता है। तिवें पहला कामदिका तो विकिया मनुख गुरु नू मिल के राम बयोगी बन जाता है। हाँ जी जी वाह, अज तो बहुत सारे हैंडरेज ने। पहला वीर नरेंद्र सिंह वाला नू पुछते हैं जी, आप जी दसो जी की विचार ने चंदन पारस बारे। जी गुरु साहब नू जिदा असि नाम जपदे हां ते गुरु साहब सानू की कहिंदे पारस बना देंदे आ जी। वाह जी बिल्कुल ठीक है जी, के नाम जपदिया सच्चे पातशाह तो कहिंदे ने कि पारस लोहे नू सोना बना दिंदा, पर बाणी कहिंदी है जी कि गुरु साहब आप पारस ने, उन्होंने अगों गुरसिख भी पारस बना दिते ने जी, जिहड़े अगों लोहे नू सोना करी जांदे ने। वाह जी बहुत प्यारी विचार जी। हाँ जी अमरिंदर सिंह जी अज बड़ी देर बाद सानू अपने विचार देने आए ने जी, बहुत प्यारे बच्चे ने जी। आओ जी। हाँ जी अमरिंदर सिंह जी अमरिंदर सिंह जी आवाज नहीं आ रही थोड़ी। दोबारा म्यूट करके अनम्यूट करो जी अपने आप। हाँ नहीं हाले भी नहीं आ रही जी आवाज। चलो हाँ हुण देखो जी। वाहेगुरु जी का खालसा वाहेगुरु जी की फतेह। मिति जिथे तक मैं एक किताब पढ़ी सी श्री गुरु भगत कबीर जी दे श्लोकां दी, ते ओह च इसदे अर्थ कीते होए सी, कहिंदे वी जिहड़ा चंदन ते पारस आ उहनां दा कोई आपदा गुण आ, ते जिहड़ा लोहा ते लकड़ी आ उहनां दा कोई आपदा गुण नहीं हैगा, ते जे लोहा ते लकड़ी चाहुण ते ओह चंदन ते पारस दे कोल बहि के अपना गुण हासिल कर सकदे ने। ਉਵੇਂ ਅਸੀਂ ਸਾਡੇ ਗੁਰੂ ਕੋਲ ਕਾਫੀ ਗੁਣ ਨੇ ਤੇ ਅਸੀਂ ਔਗੁਣਾਂ ਨਾਲ ਭਰੇ ਹੋਏ ਹਾਂ। ਜੇ ਅਸੀਂ ਚਾਹੀਏ ਤਾਂ ਅਸੀਂ ਸਾਡੇ ਗੁਰੂ ਕੋਲੇ ਬਹਿ ਕੇ ਸਾਡੇ ਗੁਰੂ ਦੀ ਗੱਲ ਮੰਨ ਕੇ ਕਈ ਗੁਣ ਹਾਸਲ ਕਰ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ। ਅਮਰਿੰਦਰ ਸਿੰਘ ਜੀ ਅੱਜ ਬੜੀ ਦੇਰ ਬਾਅਦ ਤੁਸੀਂ ਆਪਣੇ ਵਿਚਾਰ ਦਿੱਤੇ ਨੇ, ਸਾਡੇ ਤੇ ਬਖਸ਼ਿਸ਼ ਕਰਿਆ ਕਰੋ ਜੀ, ਕਿਰਪਾ ਕਰੋ, ਕਿਉਂਕਿ ਤੁਹਾਡੇ ਕੋਲ ਜਿਹੜਾ ਤੁਸੀਂ ਹੁਣੇ ਵਿਚਾਰ ਦਿੱਤਾ ਹੈ ਕਿ ਅਸੀਂ ਅਗਰ ਪਾਰਸ ਜਾਂ ਚੰਦਨ ਕੋਲ ਬੈਠਾਂਗੇ ਤੇ ਸਾਡੇ ਕੋਲ ਵੀ ਗੁਣ ਆ ਜਾਣਗੇ, ਕਿਉਂਕਿ ਸਤ ਸੰਗਤ ਜਿਹੜੀ ਹੈ ਉਹ ਪਾਰਸ ਹੈ ਚੰਦਨ ਹੈ, ਤੇ ਤੁਸੀਂ ਵੀ ਸੰਗਤ ਦਾ ਇੱਕ ਹਿੱਸਾ ਹੋ, ਤੇ ਕਿਰਪਾ ਕਰਕੇ ਇਹੋ ਜਿਹੇ ਸ਼ੁਭ ਵਿਚਾਰ ਆਪਣੇ, ਕਿਉਂਕਿ ਸਿਰੇ ਸਿਰੇ ਸਾਡੀ ਜਾਗ ਤੁਹਾਡੇ ਇਹਨਾਂ ਵਿਚਾਰਾਂ ਨਾਲ ਖੁੱਲ ਜਾਂਦੀ ਹੈ। ਬਹੁਤ ਪਿਆਰੀ ਵਿਚਾਰ, ਸ਼ਾਬਾਸ਼ ਬੇਟਾ, ਰੋਜ਼ ਕਰਿਆ ਕਰੋ ਜੀ, ਰੋਜ਼ ਆਇਆ ਕਰੋ ਸਾਡੇ ਕੋਲ ਜੀ, ਧੰਨਵਾਦ। ਹਾਂਜੀ ਮਨਦੀਪ ਬੇਟੀ ਜੀ ਆਓ ਜੀ, ਤੁਸੀਂ ਵੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਬੀਰ ਜੀ ਕਹਿੰਦੇ ਨੇ ਕਿ ਪਾਰਸ ਚੰਦਨ ਤਿੰਨੇ ਇੱਕ ਸੁਗੰਧ, ਤੇ ਪਾਰਸ ਤੇ ਚੰਦਨ ਜਿਹੜੇ ਉਹਨਾਂ ਦੀ ਇੱਕ ਹੀ ਸੁਗੰਧ ਹੈ। चंदन दी लकड़ी हुंदी है जिहड़ी दूसरी लकड़ी हुंदी है उसनू जे सो भी जाए तो उस दे विच भी चंदन वर्गी जिहड़ी है सुगंधी आंदी है। इसे तरह जे असीं अपने गुरु दे कोल ਬੈਠਾਂਗੇ, ਗੁਰੂ ਦੇ ਰਾਹੀਂ ਅਸੀਂ ਆਪਣੇ ਆਪਣੇ ਜਿਵੇਂ ਕਿ ਆਪਣਾ ਪਾਰਸ ਗੁਰੂ ਹੈ ਤੇ ਗੁਰੂ ਹੀ ਚੰਦਨ ਹੈ, ਤੇ ਅਸੀਂ ਗੁਰੂ ਕੋਲ ਬੈਠਾਂਗੇ ਤੇ ਅਸੀਂ ਵੀ ਉਹਨਾਂ ਦੇ ਗੁਣਾਂ ਦੀ ਸੁਗੰਧੀ ਨਾਲ ਭਰੇ ਜਾਵਾਂਗੇ, ਸਾਡੇ ਅੰਦਰ ਬਹੁਤ ਔਗਣ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਅਸੀਂ ਵੀ ਮਨਦੀਪ ਕੌਰ ਜੀ ਵਰਗੇ ਗੁਣੀ ਬੱਚੇ ਬਣ ਜਾਵਾਂਗੇ। ਵਾਹ ਜੀ, ਸਾਡੇ ਵਿੱਚ ਵੀ ਚੰਦਨ ਵਾਂਗੂ ਖੁਸ਼ਬੂ ਆਉਣੀ ਸ਼ੁਰੂ ਹੋ ਜਾਏਗੀ, ਸਾਨੂੰ ਵੀ ਮਨਦੀਪ ਬੇਟੀ ਅਮਰਿੰਦਰ ਸਿੰਘ ਵਾਂਗੂ ਗੁਣ ਇੰਨੇ ਕੁ ਗੁਣ ਆ ਜਾਣਗੇ ਕਿ ਅਸੀਂ ਗੁਣ ਵੰਡਣੇ ਸ਼ੁਰੂ ਕਰ ਦਿਆਂਗੇ। ਵਾਹ ਜੀ ਵਾਹ, ਚੰਦਨ ਬਣ ਜਾਵਾਂਗੇ ਔਰ ਪਾਰਸ ਬਣ ਜਾਵਾਂਗੇ। ਵਾਹ ਜੀ ਬਹੁਤ ਧੰਨਵਾਦ,
ਬੇਟੀ ਮਨਪ੍ਰੀਤ ਮਨਦੀਪ ਕੌਰ ਜੀ ਦਾ ਵੀ ਵਾਹ ਜੀ ਅੱਜ ਕਿਰਤਪ੍ਰੀਤ ਸਿੰਘ ਜੀ ਸਾਨੂੰ ਕੁਛ ਦੱਸਣ ਆਏ ਦੇਣ ਆਏ ਨੇ ਜੀ ਆਓ ਜੀ ਕਿਰਤਪ੍ਰੀਤ ਸਿੰਘ ਜੀ ਵਾਹ ਜੀ ਵਾਹ ਓਏ ਇਹ ਤਾਂ ਸੁਪਨਪ੍ਰੀਤ ਸਿੰਘ ਨੇ ਜੀ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਬੀਰ ਜੀ ਕਹਿੰਦੇ ਨੇ ਪਾਰਸ ਨੂੰ ਜਿਵੇਂ ਲੋਹਾ ਛੂ ਲੇ ਤਾਂ ਉਹ ਸੋਨਾ ਬਣ ਜਾਂਦਾ ਹੈ ਚੰਦਨ ਨੂੰ ਅਗਰ ਕੋਈ ਸਾਧਾਰਨ ਜੀ ਲੱਕੜੀ ਛੂ ਲੇ ਉਹ ਖੁਸ਼ਬੂਦਾਰ ਹੋ ਜਾਂਦੀ ਹੈ ਐਵੇਂ ਹੀ ਜਿਹਨੂੰ ਵਾਹਿਗੁਰੂ ਜੀ ਦਾ ਮਿਲਾਪ ਹੋ ਜੇ ਪ੍ਰਕਾਸ਼ ਹੋ ਜੇ ਉਹ ਇੱਕ ਪਾਰਸ ਔਰ ਚੰਦਨ ਦੀ ਤਰ੍ਹਾਂ ਪਾਰਸ ਦੀ ਤਰ੍ਹਾਂ ਕਿਵੇਂ ਹੈ ਅਗਰ ਆਪਾਂ ਅਸਾਧਾਰਨ ਜੇ ਲੋਹੇ ਉਹਨਾਂ ਦੀ ਸੰਗਤ ਕਰੀਏ ਮਤਲਬ ਉਹਨਾਂ ਨੂੰ ਛੂ ਲਈਏ ਆਪਾਂ ਵੀ ਸੋਨੇ ਬਣ ਜਾਵਾਂਗੇ ਵਾਹਿਗੁਰੂ ਨਾਲ ਸਾਡਾ ਵੀ ਮਿਲਾਪ ਹੋ ਜਾਏਗਾ ਔਰ ਚੰਦਨ ਕਹਿੰਦੇਗਾ ਜਿਹਨਾਂ ਨੂੰ ਮਿਲਾਪ ਹੈਗਾ ਚੰਦਨ ਇਸ ਤਰ੍ਹਾਂ ਹੈਗੇ ਉਹ ਆਪਣੀ ਰਾਤ ਖੁਸ਼ਬੂ ਨੂੰ ਫੈਲਾ ਕੇ ਦੂਸਰਿਆਂ ਨੂੰ ਵੀ ਮਿਲਾਪ ਕਰਵਾ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੁਪਨਪ੍ਰੀਤ ਸਿੰਘ ਜੀ ਸਾਨੂੰ ਉਹ ਗੁਰੂ ਜਹਾਜ਼ ਵਿੱਚ ਜ਼ਰੂਰ ਬਿਠਾ ਕੇ ਆਣਗੇ ਜਿਹਦੇ ਵਿੱਚ ਅਸੀਂ ਬੈਠ ਕੇ ਤਰ ਜਾਵਾਂਗੇ ਵਾਹ ਜੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਸੁਪਨਪ੍ਰੀਤ ਸਿੰਘ ਜੀ ਸ਼ਾਬਾਸ਼ ਬਹੁਤ ਸੋਹਣੇ ਵਿਚਾਰ ਕੀਤੀ ਹੈ ਤੁਸੀਂ ਇਸ ਤਰ੍ਹਾਂ ਹੀ ਵਿਚਾਰ ਕਰਕੇ ਸਾਨੂੰ ਆਨੰਦ ਤੇ ਆਨੰਦ ਪਰਮਾਨੰਦ ਦਿੰਦੇ ਰਹਿਣਾ ਜੀ ਵਾਹ ਜੀ ਸ਼ਾਬਾਸ਼ ਬੇਟਾ ਬਹੁਤ ਪਿਆਰੀ ਵਿਚਾਰ ਜੀ ਵਾਹ ਜੀ ਅੱਜ ਬਹੁਤ ਪਿਆਰਾ ਇਹ ਸਲੋਕ ਹੈ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਵਾਹ ਜੀ ਗੁਰੂ ਪਾਰਸਮ ਲੋਹੋ ਮਿਲ ਕੰਚਨ ਹੋਆ ਰਾਮ ਸਾਡੀ ਵੀ ਬੇਨਤੀ ਕਰੋ ਜੀ ਅਸੀਂ ਵੀ ਲੋਹੇ ਵਰਗੇ ਔਗਣਾ ਭਰੇ ਹਾਂ ਸਾਡੇ ਵਿੱਚ ਵੀ ਗੁਣ ਆ ਜਾਣ ਪਾਰਸ ਪਰਸੀਏ ਪਾਰਸ ਹੋਏ ਜੋਤੀ ਜੋਤ ਸਮਾਏ ਵਾਹ ਜੀ ਹਰਪਾਲ ਕੌਰ ਜੀ ਸਾਨੂੰ ਪਾਰਸ ਪਰਸੀਏ ਪਾਰਸ ਹੋਏ ਸਾਨੂੰ ਗੁਰੂ ਹੰਸ ਜਿਹੜਾ ਨਾ ਉਹ ਕਾਗੋਂ ਹੰਸ ਬਿਰਤੀ ਵਾਲਾ ਬਣਾ ਦਿੰਦਾ ਹੈ ਪਾਰਸ ਬਣਾ ਦਿੰਦਾ ਹੈ ਕਿ ਅਸੀਂ ਅੱਗੋਂ ਲੋਹੇ ਨੂੰ ਸੋਨਾ ਬਣਾ ਸਕੀਏ ਜੀ ਸੰਗਤ ਇਹੋ ਜਿਹੀ ਚੀਜ਼ ਹੈ ਸੰਗਤ ਇਹੋ ਜਿਹੀ ਕੰਸਟੀਟਿਊਸ਼ਨ ਗੁਰੂ ਨਾਨਕ ਪਾਤਸ਼ਾਹ ਨੇ ਬਣਾਈ ਹੈ ਜਿਹਦੇ ਚ ਬੈਠ ਕੇ ਸਾਰੇ ਜਾਣੇ ਅਸੀਂ ਸੋਨਾ ਸੋਨੇ ਤੋਂ ਅੱਗੇ ਪਾਰਸ ਬਣ ਸਕਦੇ ਹਾਂ ਵਾਹ ਜੀ ਮੈਂ ਪਰਵਿੰਦਰ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਵਿਚਾਰ ਦੇਣ ਜੀ ਆਓ ਜੀ ਪਰਵਿੰਦਰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵੀਰ ਜੀ ਸਿਰਫ ਸੁਣਨ ਦਾ ਮਨ ਹੈ ਜੀ ਅੱਜ ਵਿਚਾਰ ਸੁਣ ਰਹੇ ਹਾਂ ਜੀ ਬਹੁਤ ਆਨੰਦ ਆ ਜੀ ਨਹੀਂ ਆਪਣੇ ਵਿਚਾਰ ਦਿਓ ਵੀ ਜੀ ਤੁਹਾਡੇ ਕੋਲ ਬੜਾ ਸਾਰਾ ਖਜ਼ਾਨਾ ਹੈ ਲੁਕਾ ਕੇ ਨਾ ਰੱਖਿਆ ਕਰੋ ਹਾਂਜੀ ਸੁਣ ਕੇ ਦੇਵਾਂਗੇ ਜੀ ਵਿਚਾਰ ਜ਼ਰੂਰ ਦੇਵਾਂਗੇ ਜੀ ਚਲੋ ਠੀਕ ਹੈ ਜੀ ਆਓ ਜੀ ਬੇਟਾ ਜੀ ਜੈਸਮੀਨ ਕੌਰ ਅੱਜ ਬੈਠੇ ਨੇ ਜੀ ਉਹਨਾਂ ਦੇ ਦਰਸ਼ਨ ਨਹੀਂ ਹੋ ਰਹੇ ਸਾਨੂੰ ਵਾਹ ਜੀ ਹਰਮੀਤ ਭੈਣ ਜੀ ਦਿੱਲੀ ਤੋਂ ਆਪਣੀ ਮਿੱਠੀ ਪਿਆਰੀ ਆਵਾਜ਼ ਵਿੱਚ ਜੀ ਬੁਲੰਦ ਆਵਾਜ਼ ਸਾਨੂੰ ਆਪਣੇ ਵਿਚਾਰ ਦੱਸਣਗੇ ਜੀ ਆਓ ਜੀ ਹਰਮੀਤ ਭੈਣ ਜੀ ਸੰਗਤ ਜੀ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤ ਕਿਆ ਬਾਤ ਅੱਜ ਤੇ ਪਾਰਸ ਤੇ ਚੰਦਨ ਦੀ ਗੱਲ ਹੋ ਰਹੀ ਜੀ ਓ ਮੇਰੇ ਵਰਗੇ ਕਾਠ ਮੇਰੇ ਵਰਗੇ ਲੋਹੇ ਦਾ ਵੀ ਜੀ ਘਰ ਆਇਆ ਕਿ ਇਸ ਸ਼ਬਦ ਨੂੰ ਹੋਰ ਅੱਗੇ ਵੇਖਿਆ ਜਾਏ ਗੁਰ ਪਾਰਸ ਹਮ ਲੋਹ ਤੇ ਫਿਰ ਹੁਣ ਲੋਹਾ ਪਾਰਸ ਹੋਣ ਦੀ ਦਾ ਇੱਛੁਕ ਤੇ ਹੈ ਪਰ ਹੋਵੇ ਕਿੱਦਾਂ ਤੇ ਇਸੇ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਇਸਦੀ ਗੁੜਤੀ ਸਾਨੂੰ ਦਿੰਦੇ ਨੇ ਕਿ ਸਤਿਗੁਰ ਆ ਗਏ ਸੀਸ ਭੇਟ ਦਿਓ ਇਹ ਆਪਣਾ ਸੀਸ ਸਤਿਗੁਰੂ ਨੂੰ ਭੇਟਾ ਕਰਾਂਗੇ ਤੇ ਤਾਂ ਹੀ ਲੋਹੇ ਦੀ ਜਾਂ ਕਾਠ ਦੀ ਪ੍ਰਵਿਰਤੀ ਨੂੰ ਤੱਜ ਸਕਾਂਗੇ ਉਹ ਸੀਸ ਕਿੱਦਾਂ ਭੇਟ ਦੇਣਾ ਹੈ ਕਿ ਗੁਰੂ ਦੀ ਮਤ ਨੂੰ ਆਪਾਂ ਆਪਣੇ ਜੀਵਨ ਵਿੱਚ ਵਰਤਣ ਦਾ ਯਤਨ ਕਰੀਏ ਆਪਣੇ ਜੀਵਨ ਨੂੰ ਗੁਰੂ ਦੀ ਮਤ ਮੁਤਾਬਿਕ ਗੁਰਬਾਣੀ ਮੁਤਾਬਿਕ ਗੁਰੂ ਦੇ ਹੁਕਮਾਂ ਮੁਤਾਬਿਕ ਢਾਲਣ ਦਾ ਯਤਨ ਕਰੀਏ ਕਿਉਂਕਿ ਮਹਾਰਾਜ ਸਾਨੂੰ ਹੁਕਮ ਕਰਦੇ ਨੇ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ
ਕਾਣ ਨਾ ਕੀਜੈ ਮੇਰੇ ਵਰਗੇ ਤੇ ਜਦ ਗੁਰੂ ਮਹਾਰਾਜ ਨੂੰ ਮੱਥਾ ਟੇਕਦੇ ਨੇ ਤੇ ਉਹਨੂੰ ਤੇ ਇੱਕ ਬਸ ਇੱਕ ਰਸਮ ਜੀ ਰਸਮ ਦੇ ਤੌਰ ਤੇ ਨਿਭਾਉਂਦੇ ਨੇ ਪਰ ਅਸਲ ਜੋ ਉਹਦੇ ਪਿੱਛੇ ਜੋ ਭਾਵਨਾ ਹੈ ਮੱਥਾ ਟੇਕਣ ਦੀ ਉਹ ਇਹੀ ਹੁੰਦੀ ਹੈ ਸਗੋਂ ਸੱਚੇ ਪਾਤਸ਼ਾਹ ਮੇਰੀ ਜਿਹੜੀ ਮਤ ਹੈ ਗੁਨਾਹਾਂ ਭਰੀ ਹੈ ਵਿਕਾਰਾਂ ਭਰੀ ਹੈ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਜੀ ਉਹ ਆਪ ਜੀ ਆਪਣੀ ਸੋਹਣੀ ਸੋਹਣੀ ਮਤ ਮਿੱਠੀ ਮਿੱਠੀ ਮਤ ਪਿਆਰੀ ਪਿਆਰੀ ਮਤ ਦਾ ਕਿਣਕਾ ਮਾਤਰ ਇਸ ਮਤ ਦੇ ਬਦਲੇ ਮੈਨੂੰ ਦੇ ਦਿਓ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਵਾਹ ਜੀ ਵਾਹ ਆਪ ਤੁਸੀਂ ਚੰਦਨ ਹੋ ਜੀ ਸਾਨੂੰ ਵੀ ਚੰਦਨ ਬਣਾ ਰਹੇ ਹੋ ਬੜੀ ਸੋਹਣੀ ਵਿਚਾਰ ਤੁਸੀਂ ਦੱਸੀ ਕਿ ਸਾਡਾ ਮੱਥਾ ਟੇਕਣਾ ਰਸਮੀ ਨਾ ਹੋਵੇ ਸਾਡਾ ਮੱਥਾ ਟੇਕਣਾ ਕਿਤੇ ਰਸਮ ਹੀ ਹੋ ਜਾਵੇ ਆਹਾ ਫਿਰ ਅਸੀਂ ਰਸ ਨਾਲ ਭਰੇ ਜਾਵਾਂਗੇ ਫਿਰ ਸਾਡੀ ਅੰਮ੍ਰਿਤ ਭਿੰਨੀ ਦੇਹਰੀ ਹੋ ਜਾਏਗੀ ਬਹੁਤ ਵਿਚਾਰ ਪਿਆਰੀ ਵਿਚਾਰ ਜੀ ਸੰਗਤ ਬਹੁਤ ਵਾਹ ਜੀ ਵਾਹ ਤੁਹਾਨੂੰ ਦੇ ਰਹੀ ਹੈ ਜੀ ਆਹ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ ਵਾਹ ਜੀ ਪਾਰਸ ਪਰਸ ਲੋਹਾ ਕੰਚਨ ਸੋਈ ਬਹੁਤ ਸੋਹਣੀ ਵਿਚਾਰ ਜੀ ਸੰਗਤ ਨਾਲ ਮਿਲ ਕੇ ਅਸੀਂ ਸਾਰੇ ਜਾਣੇ ਲੋਹੇ ਜਿੰਨੇ ਵੀ ਆ ਆਪਣੇ ਲੋਹੇ ਵਾਲੇ ਔਗਣ ਤਿਆਗ ਕੇ ਸੋਨੇ ਵਾਲੇ ਗੁਣ ਧਾਰਨ ਕਰ ਲੈਂਦੇ ਹਾਂ ਬਹੁਤ ਪਿਆਰੀ ਵਿਚਾਰ ਇਹ ਵਾਹ ਵਾਹ ਬਾਣੀ ਨਿਰੰਕਾਰ ਹੈ ਜੀ ਵਾਹ ਵਾਹ ਹੈ ਜੀ ਉਹ ਵਾਹ ਫਿਰ ਵੀ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ ਜੀ ਧੰਨਵਾਦ ਫੁੱਲ ਚੁੱਕ ਦਿੱਤੇ ਵਾਹ ਜੀ ਮੈਂ ਨਰਿੰਦਰ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਅਗਲਾ ਸਲੋਕ ਪੜ੍ਹੀਏ ਜੀ ਬਹੁਤ ਪਿਆਰਾ ਬਿਲਕੁਲ ਨਾਲ ਨਾਲ ਦੀ ਵਿਚਾਰ ਨਾਲ ਦੀ ਉਹ ਅਗਲੇ ਸਲੋਕ ਦੀ ਆਓ ਜੀ ਨੈਕਸਟ ਸਲੋਕ ਪੜ੍ਹੀਏ ਜੀ ਕਬੀਰ ਜਮਕਰ ਨੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਸਾਧੂ ਮੋਹ ਮਿਲਿਓ ਤਿਨਹੇ ਲਿਆ ਅੰਚਲ ਲਾਏ ਕਬੀਰ ਜਮਕਾ ਟੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹ ਮਿਲਿਓ ਤਿਨਹੋਂ ਲਿਆ ਅੰਚਲ ਲਾਏ ਅਰਥ ਹੈ ਜੀ ਠੇਂਗਾ ਸੱਟ ਚੋਟ ਉਹ ਠੇਂਗਾ ਸਾਧੂ ਗੁਰੂ ਮੋਹੇ ਪੜਨਾ ਹੈ ਅੱਖਰ ਮੈਂ ਦੇ ਨਾਲ ਮੈਨੂੰ ਤਿੰਨੇ ਉਸਨੇ ਅੰਚਲ ਨਾਲ ਲੜ ਨਾਲ ਜਾਂ ਪੱਲੇ ਅਰਥ ਹੈ ਜੀ ਹੇ ਕਬੀਰ ਕਾਮਾਦਿਕਾ ਦੇ ਵਸ ਪਏ ਰਿਹਾ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ ਜਨਮ ਮਰਨ ਦੇ ਗੇੜ ਵਿੱਚ ਪੈ ਜਾਈਦਾ ਹੈ ਤੇ ਜਮ ਦੀ ਇਹ ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਗੁਰ ਮਿਲ ਪਿਆ ਉਸਨੇ ਆਪਣੇ ਲੜ ਲਾ ਲਿਆ ਤੇ ਮੈਂ ਕਾਮਾਦਿਕਾ ਦੇ ਟਹੇ ਨਹੀਂ ਚੜਿਆ ਵਾਹ ਜੀ ਬਹੁਤ ਪਿਆਰਾ ਇਹ ਕਬੀਰ ਜੀ ਦਾ ਸਲੋਕ ਹੈ ਜੀ ਸਾਨੂੰ ਜਮ ਦਾ ਠੇਂਗਾ ਦਿਖਾ ਰਹੇ ਨੇ ਔਰ ਉਹਦੀ ਜੋ ਸਾਡੇ ਤੇ ਇਫੈਕਟ ਹੈ ਉਹ ਹੋਣਾ ਉਹ ਸਾਨੂੰ ਦਿਖਾ ਰਹੇ ਨੇ ਕਿਉਂ ਨਰਿੰਦਰ ਵੀਰ ਜੀ ਕੀ ਵਿਚਾਰ ਨੇ ਜੀ ਤੁਹਾਡੇ ਜੀ ਗੁਰਬਾਣੀ ਚ ਇੱਕ ਸ਼ਬਦ ਆਉਂਦਾ ਨਾ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਪਰਮਾਤਮਾ ਜੀਵਾਂ ਦਾ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਵਸ ਰਿਹਾ ਹੈ ਇਸ ਵਾਸਤੇ ਹੇ ਮਨ ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ ਜਿਹੜੇ ਮਨੁੱਖ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ
ਉਹ ਉਸ ਸਦਾ ਥਿਰ ਦਾ ਰੂਪ ਹੋ ਜਾਂਦੇ ਹਨ। ਪਰਮਾਤਮਾ ਦਾ ਸਦਾ ਥਿਰ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਵਾਹ ਜੀ, ਜਿਹੜਾ ਇਹ ਆਸਰਾ ਹੈ, ਔਰ ਇਹ ਅਗਰ ਇੱਕ ਵਾਰੀ ਆਸਰਾ ਸਾਡੇ ਜੀਵਨ ਦਾ ਬਣ ਜਾਏ, ਦੁਬਾਰਾ ਇਹ ਆਸਰਾ ਸਾਡਾ ਛੁੱਟਦਾ ਨਹੀਂ, ਉਹ ਪਾਤਸ਼ਾਹ ਆਪ ਹੀ ਨਹੀਂ ਛੱਡਣ ਦਿੰਦੇ। ਇੰਨੀ ਗੁਰਬਾਣੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੀ ਹੈ ਸਾਡੇ ਤੇ ਕਿ ਇੱਕ ਵਾਰੀ ਅਸੀਂ ਇਹਦਾ ਲੜ ਫੜ ਲਈਏ, ਸਾਨੂੰ ਜਦੋਂ ਇਹਦਾ ਲੜ ਫੜਿਆ ਜਾਂਦਾ ਸਾਡੇ ਕੋਲ, ਪਾਤਸ਼ਾਹ ਬਖਸ਼ਿਸ਼ ਕਰ ਦਿੰਦੇ ਨੇ, ਉਸ ਤੋਂ ਬਾਅਦ ਫਿਰ ਗੁਰਬਾਣੀ ਸਾਡਾ ਲੜ, ਗੁਰੂ ਸਾਡਾ ਲੜ ਨਹੀਂ ਛੱਡਦਾ ਜੀ। ਵਾਹ ਜੀ, ਬਹੁਤ ਪਿਆਰੀ ਵਿਚਾਰ ਜੀ। ਪਰ ਅੱਜ ਜੋ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜੰਮ ਦਾ ਠੇਂਗਾ ਦੀ ਗੱਲ ਕਰਦੇ ਪਏ ਨੇ, ਔਰ ਉਸ ਤੋਂ ਬਾਅਦ ਸਾਧੂ ਦੇ ਮਿਲਣ ਦੀ ਜੋ ਗੱਲ ਕਰਦੇ ਨੇ, ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਉਹਦੇ ਬਾਰੇ ਜ਼ਰੂਰ ਅਸੀਂ ਅੱਜ ਵਿਚਾਰ ਕਰੀਏ। ਹਾਂਜੀ, ਮਨਦੀਪ ਬੇਟੀ ਜੀ ਦਾ ਹੈਂਡ ਰੇਜ਼ ਹੈ ਜੀ, ਆਓ ਜੀ। ਮਨਦੀਪ ਕੌਰ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਕਹਿੰਦੇ ਹਨ ਕਿ ਚੰਗਾ ਠੇਂਗਾ ਬੁਰਾ ਹੈ ਉਹ ਨਹੀਂ ਛਿਆ ਜਾਏ, ਤਾਂ ਕਿ ਪ੍ਰਭੂ ਦੇ ਵਿਛੋੜੇ ਦਾ ਜਨਮ ਮੌਤ ਦੀ ਜਿਹੜੀ ਸੱਟ ਹੈ, ਪ੍ਰਭੂ ਦੇ ਵਿਛੋੜੇ ਤੋਂ ਜਿਹੜੀ ਮੌਤ ਦੀ ਸੱਟ ਲੱਗਦੀ ਹੈ, ਉਸਦਾ ਠੇਂਗਾ ਜਿਹੜਾ ਬਹੁਤ ਬੁਰਾ ਹੈ ਉਹ ਨਹੀਂ ਛਿਆ ਜਾਏ, ਉਸ ਕਿਸੇ ਤੋਂ ਛਿਆ ਨਹੀਂ ਜਾ ਸਕਦਾ। ਏਕ ਦੀ ਸਾਧੂ ਨਹੀਂ ਮਿਲਿਓ ਤਿਨੈ ਲਿਆ ਅੰਚਲ ਲਾਏ। ਕਬੀਰ ਜੀ ਨੂੰ ਇੱਕ ਸਾਧੂ ਗੁਰੂ ਮਿਲਿਆ ਜਿਸਨੇ ਉਸਨੂੰ ਅੰਚਲ ਨਾਲ ਲਾ ਲਿਆ ਤੇ ਉਸਨੂੰ ਵਿਕਾਰਾਂ ਤੋਂ ਬਚਾ ਲਿਆ। ਮੈਂ ਸੰਗਤ ਕੋਲ ਇੱਕ ਕੁਸ਼ਚਨ ਪੁੱਛਣਾ ਚਾਹਾਂਗੀ ਕਿ ਉਹ ਕਿਹੜੇ ਕਬੀਰ ਜੀ ਇਸ ਵਿੱਚ ਸਲੋਕ ਵਿੱਚ ਕਿਹੜੇ ਸਾਧੂ ਗੁਰੂ ਦੀ ਗੱਲ ਕਰ ਰਹੇ ਹਨ ਜਿਸਨੂੰ ਮਿਲ ਕੇ ਉਹਨਾਂ ਉਹ ਵੀ ਪਾਰ ਉਤਰ ਗਏ? ਚੈਟ ਵਿੱਚ ਕੋਈ ਦੱਸ ਸਕਦਾ ਹੈ ਜੀ? ਵਾਹ ਜੀ ਵਾਹ, ਬਹੁਤ ਪਿਆਰਾ ਸਵਾਲ ਜੀ ਬੱਚੀ ਦਾ। ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਜੋ ਬੱਚੀ ਨੇ ਸਵਾਲ ਕੀਤਾ ਕਿ ਉਹ ਸਾਧੂ ਕੌਣ ਹੈ ਜਿਹੜਾ ਸਾਨੂੰ ਅੰਚਲ ਲਾ ਕੇ ਵਾਹ ਜੀ। ਮਨਜੀਤ ਕੌਰ ਜੀ ਅੰਬਾਲਾ ਤੋਂ, ਹਾਂ ਜੀ ਆਓ ਭੈਣ ਜੀ। ਪ੍ਰਚਲਨ ਸੀਗਾ ਤੇ ਕਬੀਰ ਜੀ ਨੂੰ ਜੋ ਹੈ ਉਹਨਾਂ ਨੂੰ ਐਸੀ ਕਿ ਨਹੀਂ ਜਾਗਦੇ ਹੁੰਦੇ ਹੋਇਆ ਤੇ ਮੈਨੂੰ ਕੋਈ ਵੀ, ਮੈਂ ਗੁਰੂ ਜਿਹੜਾ ਮੈਂ ਧਾਰਨ ਕਰਾਂ ਮੈਨੂੰ ਕੋਈ ਵੀ ਆਪਣਾ ਚਟੇਲਾ ਸਵੀਕਾਰ ਨਹੀਂ ਕਰੇਗਾ ਮੇਰੀ ਨੀਵੀਂ ਜਾਤ ਪਾਉਣ ਕਰਕੇ। ਤਾਂ ਉਹਨਾਂ ਨੇ ਜੋ ਹੈ ਨਾ ਰਾਮਾਨੰਦ ਜੀ ਨੂੰ ਚੁਣਿਆ ਸੀ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਬਣਾਉਣਾ ਹੈ, ਤੇ ਉਹਨਾਂ ਨੂੰ ਇਹ ਸੀ ਕਿ ਰਾਮਾਨੰਦ ਜੀ ਮੈਨੂੰ ਨੀਵੀਂ ਜਾਂਦਾ ਹੋਣ ਕਰਕੇ ਮੈਨੂੰ ਆਪਣਾ ਚੇਲਾ ਨਹੀਂ ਬਣਾਉਣਗੇ, ਇਸ ਕਰਕੇ ਉਹ ਉਹਨਾਂ ਦੇ ਰਸਤੇ ਵਿੱਚ ਲੇਟ ਗਏ ਸੀ। ਤੇ ਰਾਮਾਨੰਦ ਜੀ ਜਦੋਂ ਇਸ਼ਨਾਨ ਕਰਨ ਜਾਂਦੇ ਸੀ ਅੰਮ੍ਰਿਤ ਵੇਲੇ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਉਠਾਇਆ ਤੇ ਰਸਤੇ ਵਿੱਚ ਕਿ ਉੱਠ ਰਾਮ ਕੇ ਰਾਮ ਜਪ ਇਹ ਕਹਿ ਰਹੇ ਸੀ। ਕਬੀਰ ਜੀ ਨੱਚ ਕੇ ਫਿਰ ਕਿ ਵੀ ਮੈਨੂੰ ਜਿਹੜਾ ਹੈ ਉਹ ਗੁਰਮੰਤਰ ਮਿਲ ਗਿਆ। ਸਾਡੇ ਵਾਸਤੇ ਜੋ ਸਾਡਾ ਸਾਧੂ ਹੈ, ਸਾਡੇ ਜੋ ਪੰਜ ਸਾਡੇ ਸਿੰਘ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਹਾਂ, ਗੁਰੂ ਦੇ ਲੜ ਲੱਗਦੇ ਹਾਂ, ਸਾਡੇ ਗੁਰੂ ਸਾਹਿਬ ਹੀ ਸਾਡੇ ਵਾਸਤੇ ਸਾਧੂ ਨੇ ਜਿਨ੍ਹਾਂ ਦੇ ਲੜ ਲੱਗਿਆ ਅਸੀਂ ਜੋ ਹੈ ਇਸ ਜੰਮ ਦੇ ਠੇਂਗੇ ਤੋਂ ਬਚ ਸਕਦੇ ਹਾਂ। ਗੁਰਬਾਣੀ ਹੀ ਸਾਡੇ ਵਾਸਤੇ ਕੋਈ ਸਾਧੂ ਹੈ, ਸਾਧ ਸੰਗਤ ਜੋ ਹੈ ਇਹਨਾਂ ਦੇ ਲੜ ਲੱਗਿਆ ਹੀ ਅਸੀਂ ਜੰਮ ਦੇ ਠੇਂਗੇ ਤੋਂ ਬਚ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਿਸਥਾਰ ਨਾਲ ਭੈਣ ਜੀ ਮਨਜੀਤ ਕੌਰ ਜੀ ਅੰਬਾਲੇ ਤੋਂ ਵੀ ਸਾਨੂੰ ਬਹੁਤ ਠੰਡੀ ਠੰਡੀ ਵਿਚਾਰ ਆਉਂਦੀ ਹੈ ਜੀ, ਬੜੀ ਪਿਆਰੀ ਵਿਚਾਰ ਆਉਂਦੀ। ਜ਼ਰੂਰ ਦਿਆ ਕਰੋ ਜੀ, ਰਾਮ ਕੇ ਰਾਮ ਕਹੋ, ਇਹੀ ਕਿਹਾ ਸੀ ਜੀ ਉਹਨਾਂ ਨੇ। ਆਹਾ, ਉੱਠ ਰਾਮ ਕੇ ਰਾਮ ਕਹੋ, ਉੱਠ ਰਾਮ ਕੇ ਰਾਮ ਕਹੋ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਾਨੂੰ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਗੁਰਬਾਣੀ ਗੁਰੂ ਹੈ ਜਿਹਦੇ ਲੜ ਲਾ ਕੇ ਅਸੀਂ ਇੱਕ ਅੱਛਾ ਦੁਨਿਆਵੀ ਜੰਮ ਵੀ ਹਨ ਸਾਡੇ ਕੋਲ। ਕਈ ਵਾਰੀ ਸਾਨੂੰ ਡਾਕਟਰ, ਵਕੀਲ, ਪੁਲਿਸ ਵਾਲੇ ਜਾਂ ਹੋਰ ਇਹੋ ਜਿਹਾ ਕੋਈ ਅਣਹੋਣ ਦੇ ਝਗੜੇ ਜਿਹੜੇ ਸਾਡੇ ਗੱਲ ਪੈ ਦਿੰਦੇ ਹਨ, ਉਹ ਵੀ ਸਾਡੇ ਵਾਸਤੇ ਜੰਮ ਹਨ। ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਤੋਂ ਵੀ, ਉਸ ਠੇਂਗੇ ਤੋਂ ਵੀ ਬਚਾਉਂਦਾ ਸਾਨੂੰ ਜਿਹੜਾ ਸਾਡੇ ਕੋਲ ਸਿਆ ਨਹੀਂ ਜਾਂਦਾ। ਤੇ ਬਾਕੀ ਜਦੋਂ ਅਸੀਂ
उस दरबार विच जाने आ राह दी राहदारी रह राह साडे कोल उस मंजिल दी उस रस्ते दी भी सतगुर सच्चे पातशाह सानू दे के भेजदे हन। वाह बहुत प्यारी विचार जी, धन्नवाद जी। बेटा सुपनदीप सिंह जी, सत करे जिन गुरु पछाता। वाह जी, हाँ जी, गुरु नूं पछानना भी सानू जरूर चाहीदा है। वाह जी, बहुत प्यारी विचार की असी जरूर इस चीज नूं विचारीए। बड़ा प्यारा शब्द है एक, राम सिमर पछताहे गा मन, पापी जीड़ा लोभ करत है आज काल उठ जाएगा। उहदे विच एक बड़ी प्यारी बड़ा प्यारा फरमान है कि जौ जम आए केस गै पटके, ता दिन किछ ना बसाएगा, तेरा वस नहीं चलना फिर सच्चे पातशाह बख्शिश करन तेरा तेरे कोलो दिन आवे ही ना। वाह जी, विकार भी जम हन जी। वाह जी, सुंदरजीत भैन जी कह रहे ने जी साडे जिन्ने विकार हन ओ भी जम हन, ओ भी नहीं आने चाहिए। हाँ जी, होर संगत कर कोई विचार करना चाहे जी, नहीं तो अगले श्लोक ते चलिए, क्योंकि जम दी जिहड़ी परिभाषा है वो बहुत वड्डी है और गुरबाणी बड़ी बड़े पहलुआं नाल इहनूं खोलदी है। अगर होर किसी दी विचार, मैं सारी संगत नूं बेनती करांगा। वरिंदरजीत भैन जी भी बड़ी सोहणी विचार करदे सन, बड़ी देर तो आए नहीं जी सामने साडे या चैट विच नहीं दे रहे। वाह जी, गुरसाधु संगत मिले हीरे रतन लबन, ये संगत सानू हीरे रतन दिंदी है जी, जमा तो भी साडी खलासी करांदी है। वाह जी, नहीं तो अगले श्लोक ते चलिए जी असी। चलो जी, आओ जी नरेंद्र पाल सिंह जी, अगला श्लोक कर लिए जी आप फटाफट। हाँ जी सहजवीर जी, नेक्स्ट श्लोक लेके आओ जी। कबीर बैद कहे हो ही पला, दारू मेरे वस, ए तो बस गोपाल की, जब पावे ले कस। कबीर बैद कहे हो ही पला, दारू मेरे वस, ए तो बस गोपाल की, जब पावे ले खस। हाँ जी, नेक्स्ट भी पढ़ दे जी, नाल इकट्ठे ने दोनों। कबीर नौबत आपनी, दिन दस लेहो बजाए, नदी नाव संजोग ज्यो, बोहर न मिले आए। कबीर नौबत आपनी, दिन दस लेहो बजाए, नदी नाव संजोग ज्यो, बोहर न मिले आए। पद अर्थ बैद हकीम ओं ही, मैं ही भला सियाणा, मेरे वस मेरे इख्तियार विच, ए जिंद बस चीज खस ले खो लेंदा है। नौबत ढोल अपनी नौबत बजाए लेहो, मन मनिया मोजा कर लवो, नाव बेड़ी संजोग मेला मेला मिलाप, नदी ज्यो जिवें नदी तो पार लंघन लई बेड़ी विच बैठे मुसाफरां दा मिलाप है, मुड़ कदे उन्हां सारयां दा मिलाप नहीं हुंदा, बहर मुड़ ना मिल है नहीं मिलेगा, मनुखा जन्म नहीं मिलेगा। अर्थ, हे कबीर हकीम ता आखदा है कि मैं बड़ा सियाणा हाँ, रोग आउन ते जिंद नू शरीर नालो विछड़न तो बचाण लई इलाज मेरे इख्तियार विच है, मैं रोग दा इलाज करना चाहुंदा हाँ। मैं रोग दा इलाज करना जानदा हाँ,
पर ए जिंद उस मालक प्रभु की दित्ती हुई अमानती चीज है। जदो ओ चाहता है शरीर विचो मोड़ लेंदा है, इत्थे सदा नहीं टिके रहना। ता जम दे ठेंगे दा ख्याल रखो, ते गुरु दर ते आके गुण को मरिए रोए। हे कबीर, जे तू ए नहीं सुनदा ता मेरी मर्जी तेरी मर्जी मन मनिया मोजा मान ले, पर ए मोजा हन सिर्फ दस दिना ले ही। जिवें नदी तो पार लंघन लई बेड़ी विच बैठे मुसाफरां दा मिलाप है, मुड़ ओ सारे कदे नहीं मिलदे। तिवें मन मनिया मोजा विच गवाया होया ए मनुखा शरीर मुड़ नहीं मिलेगा। वाह, दो कठे श्लोक संगत जी असी अज विचार करनी है। दोनों कठे श्लोक इस करके पातशाह ने सानू बख्शिश किते हन कि अगर असी समझ लईए कि वैद कहे हाँ ही भला, कि जेड़ी मैं दवाई दस दिती है वो ही भला है, वो ही बहुत वधिया है, मेरी स्किल जेड़ी है वो तुहाडी बीमारी ठीक कर सकती है। पर क्योंकि दारू कहिंदे मेरे वस है, हकीम कर रहा है कि मेरे वस यह है कि मैं तुहानू तुहाडे शरीर नू रोग मुक्त कर सकदा हाँ, दवाई दे के ठीक कर सकदा। पर कबीर जी कहते हैं अगो उन्होंने जवाब देंदे हैं, ओ नहीं मूर्खा, ये तो बस तो गोपाल की ये जी तेन स्किल दिती है ना डॉक्टर वाली, ये उस गोपाल की वस्त है, उस परमात्मा ने तेन स्किल गुण बख्शा है। जब भाव है लय खस, जदों उन्हू पाएगा जदों उन्हू लगेगा कि तू अहंकारी हो गया है ज्यादा, वो खस लेगा वो खो लेगा तेरे को। इस करके सानू अपने किसी भी स्किल का किसी भी गुण का अहंकार नहीं करना चाहिए। वाह जी, बहुत प्यारी विचार। जिहड़ी वस्त है असीं रोज पढ़ते हैं जी, थाल विच तीन वस्तु पई, सत संतोख विचारो, वो वस्तु सानू जरूर धारण करनी चाहिए है, पर उहदा अहंकार नहीं करना चाहिए। अगला श्लोक है जी, नौबत अपनी दिन दस। नौबत हुंदी है अपनी मन मर्जी करनी। वाह जी, ये गुरु दे अनुसार ही नहीं चलना, मैं अपनी मर्जी करके, वो कहते मर्जी कर ला, वीर जी कहते दस दिन ही कर सकेगा बस, उस तो बाद तेरी पाया नहीं हैगी। फिर जो सच्चे पातशाह वजाएगा वाजा उस तरह ही वजेगा, तू दस दिन अपनी वजा ला। नदी नाव संजोग ज्यो बहुर ना मिले, आ जिवें असी सारे संगत गुरु रूप बेड़े च बैठ के विचार करते हाँ, कहिंदे इह संजोग है, इह सच्चे पातशाह दी बख्शिश है। उस तो बाद जदों इह संगत छुट जांदी है फिर असीं कित्थे चले जांदे हां, जां अपने अपने कम्मां नूं चले जांदे हां, ओह नदी नाम संजोगी मेले हुंदे हन। हांजी मनदीप बेटी दा हैंड रेज है जी, आओ पहलां इहनां दी विचार सुणीए। हांजी, वाहिगुरु जी का खालसा, वाहिगुरु जी की फतेह जी। सानू रोज पाठ करना चाहिए, सानू फिर मोदा ठीक नहीं लगता। वाहिगुरु जी की फतेह। सानू रोज पाठ करना चाहिए जी, और पाठ करदियां करदियां मन विच विचार चलने चाहिए हन। वाह जी वाह बेटा जी, अपना दोबारा नाम दसो जी, की नाम सी तुहाडा? साहिब सिंह। हाँ साहिब सिंह ने बहुत सोहनी विचार सानू दिती है जी। ठीक है जी साहिब सिंह जी, तुसी भी संगत रूप हो गुरु रूप हो, तुसी जो सानू हुक्म लाया असि कोशिश करांगे कि आज उस तरह ही पाठ करिए। वाह जी बेटा, वाहिगुरु जी की फतेह जी। आओ जी, ਇਹ ਕਹਿਣਾ ਚਾਹੁੰਦੀ ਹਾਂ ਸਾਨੂੰ ਗੁਰੂ ਦੇ ਪਾਣੀ ਵਿੱਚ ਰਹਿਣਾ ਚਾਹੀਦਾ ਹੈ, ਆਪਾਂ ਭਾਵ ਗਵਾ ਦੇਣਾ ਚਾਹੀਦਾ ਹੈ, ਤਾਂ ਹੀ ਗੁਰੂ ਜੀ ਸਾਨੂੰ ਪਿਆਰ ਕਰਨਗੇ। ਵਾਹ ਜੀ ਵਾਹ, ਸਭ ਵਾਹਿਗੁਰੂ ਜੀ ਕੀ ਫਤਿਹ ਜੀ। ਖੁਸ਼ ਕਰੀ ਜੀ, ਸਾਨੂੰ ਖੁਸ਼ ਕਰਤਾ ਤੁਸੀਂ ਕਿ ਅਸੀਂ ਭਾਣੇ ਵਿੱਚ ਰਹੀਏ, ਤਾਂ ਹੀ ਗੁਰੂ ਸਾਹਿਬ ਸਾਨੂੰ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾ ਲੈਣਗੇ। ਸਰ ਮੈਂ ਇਸ ਤੋਂ ਦੱਸਣਾ ਚਾਹਾਂਗੀ ਕਿ ਕਬੀਰ ਜੀ ਇਸ ਵਿੱਚ ਕਹਿੰਦੇ ਨੇ ਕਿ ਕਬੀਰ ਵੈਦ ਕਹਿ ਕੋ ਭਲਾ ਦਾਰੂ ਮੇਰੇ ਵਸ, ਕਬੀਰ ਜੀ ਕਹਿੰਦੇ ਨੇ ਕਿ ਵੈਦ
ਵੈਦ ਜਿਹੜੇ ਨੇ ਡਾਕਟਰ ਕਹਿੰਦੇ ਨੇ ਕਿ ਮੈਂ ਹੀ ਹਾਂ ਬਸ ਕਿ ਸਭ ਕੁਛ ਮੈਂ ਹੀ ਕਰ ਸਕਦਾ ਕਿ ਹਰੇਕ ਬਿਮਾਰੀ ਦਾ ਦਾਰੂ ਮੇਰੇ ਵੱਸ ਚ ਹੀ ਹੈ। ਇਹ ਤੋਂ ਬਸ ਗੋਪਾਲ ਕੀ ਜਬ ਪਾਵੈ ਲੇਹ ਖਸ। ਇਸ ਡਾਕਟਰਾਂ ਨੂੰ ਇਹ ਨਹੀਂ ਪਤਾ ਕਿ ਇਹ ਸਭ ਪਰਮਾਤਮਾ ਦੇ ਪਾਣੀ ਵਿੱਚ ਹੋਣਾ ਹੈ। ਜੇ ਪਰਮਾਤਮਾ ਚਾਹੇ ਤਾਂ ਹੀ ਸਾਡੀ ਦਵਾਈ ਵੀ ਤਾਂ ਹੀ ਜਿਹੜਾ ਅਸਰ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਐਕਸ਼ਨ ਟੁੱਟਿਆ ਹੈ ਲੱਗਦਾ ਹੈ। ਬਹੁਤ ਸੋਹਣੇ ਵਿਚਾਰ ਦੀਪ ਜੀ ਔਰ ਬੱਚੇ ਕਰ ਰਹੇ ਸਨ। ਹਾਂਜੀ ਹੈਂਡ ਰੇਜ ਹੋਇਆ ਜੀ। ਨਰਿੰਦਰਪਾਲ ਸਿੰਘ ਜੀ ਦੇ ਵਿਚਾਰ ਦੇਣਾ ਚਾਹੁੰਦੇ ਹਨ ਜੀ, ਆਓ ਜੀ। ਹਾਂਜੀ ਵੀਰ ਜੀ, ਹਰ ਜਪਦਿਆਂ ਖਿਲ ਖਿਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੀ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਇਸ ਲਈ ਸਾਨੂੰ ਬਿਲਕੁਲ ਵੀ ਦੇਰ ਨਹੀਂ ਕਰਨੀ ਚਾਹੀਦੀ ਕਿ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ। ਸਾਨੂੰ ਹਮੇਸ਼ਾ ਹੀ ਪਰਮਾਤਮਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਬਹੁਤ ਵਧੀਆ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀ, ਖਿੰਨ ਢਿੱਲ। ਸਤਸੰਗ ਜੀ, ਸਾਰੀ ਬਾਣੀ ਦੇ ਵਿੱਚ ਅੱਠ ਪਹਿਰਾਂ ਦੀ ਗੱਲ ਹੋਈ ਹੈ, ਸਵਾਸ ਸਵਾਸ ਦੀ ਗੱਲ ਹੋਈ ਹੈ, ਨਿਮਕ ਨਿਮਕ ਦੀ ਗੱਲ ਹੋਈ ਹੈ, ਖਿੰਨ ਪਲ ਦੀ ਗੱਲ ਹੋਈ ਹੈ। ਜਦੋਂ ਸਾਡਾ ਮਨ ਇਸ ਵਿਚਾਰ ਉੱਤੇ ਆਏਗਾ ਵੀ ਛਿੰਨ ਛਿੰਨ ਔਦ ਬੇਹਾਤ ਹੈ, ਜਿੱਦਾਂ ਭੈਣ ਜੀ ਨੇ ਗੱਲ ਕੀਤੀ, ਹਮ ਆਦਮੀ ਹਾਂ ਇੱਕ ਦਮੀ, ਜਦੋਂ ਇਹ ਸਾਡਾ ਮਨ ਪੜ੍ਹਨ ਸੁਣਨ ਤੋਂ ਬਾਅਦ ਇਹ ਗੱਲ ਮੰਨ ਲਏਗਾ, ਇਸ ਮਨ ਦੇ ਵਿੱਚ ਸਾਡੇ ਵਿਚਾਰ ਬਣ ਜਾਏਗੀ, ਮਨ ਇਸ ਗੱਲ ਨੂੰ ਤਿਆਰ ਹੋ ਜਾਏਗਾ, ਕਿਉਂਕਿ ਹਰ ਸ਼ਬਦ, ਹਰ ਗੁਰਬਾਣੀ ਦਾ ਹਰ ਪੰਕਤੀ, ਹਰ ਅੱਖਰ ਸ਼ਬਦ ਜੋ ਹੈ ਉਹ ਨਾਮ ਰੂਪ ਹੈ, ਉਹ ਸਾਨੂੰ ਨਾਮ ਤੱਕ ਲੈ ਕੇ ਜਾਣ ਦੇ ਸਮਰੱਥ ਹੈ। ਗੱਲ ਹੈ ਸਿਰਫ ਆਪਣੇ ਮਨ ਨੂੰ ਜਗਾਉਣ ਦੀ, ਔਰ ਜਗਾਉਣ ਵਾਸਤੇ ਸਾਨੂੰ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਹੀ ਸਹਾਈ ਹੋ ਸਕਦਾ ਹੈ। ਹੋਰ ਕੋਈ ਦੁਨਿਆਵੀ ਆਸਰਾ, ਕੋਈ ਦੁਨਿਆਵੀ ਪ੍ਰਾਪਰਟੀ, ਕੋਈ ਸਾਡੀ ਹੋਰ ਆਧਾਰ ਜਿਹੜਾ ਹੈ ਉਹ ਸਾਡਾ ਵਿਅਰਥ ਹੋ ਜਾਂਦਾ ਹੈ। ਜਦੋਂ ਅਸੀਂ ਨਾਮ ਵਿਹਾਜਣਾ ਹੈ, ਕੇਵਲ ਤੇ ਕੇਵਲ ਨਾਮ ਹੀ, ਸਤਿਗੁਰੂ ਹੀ, ਗੁਰੂ ਦਾ ਸ਼ਬਦ ਹੀ ਸਾਨੂੰ ਦੇ ਨਾਲ ਜੁੜ ਸਕਦਾ ਹੈ। ਸੋ ਹੋਰ ਸੰਗਤ ਜੋ ਵਿਚਾਰ ਦੇਣਾ ਚਾਹੁੰਦੀ ਹੈ ਜੀ, ਜ਼ਰੂਰ ਵਿਚਾਰ ਕਰੀਏ ਜੀ। ਹਾਂਜੀ, ਕੋਈ ਹੈਂਡ ਰੇਜ ਹੈ ਤਾਂ ਦੱਸੋ ਜੀ। ਹਾਂਜੀ ਵਾਹਿਗੁਰੂ ਜੀ, ਤਿੰਨਾਂ ਸਲੋਕਾਂ ਦੇ ਵਿੱਚ ਜੋ ਅਸੀਂ ਪੜ੍ਹੇ ਹਨ ਚਾਰ ਸਲੋਕ, ਮੈਂ ਵਿਚਾਰ ਕਰ ਰਿਹਾ ਸੀ ਮਨ ਦੇ ਵਿੱਚ ਵੀ ਕਬੀਰ ਜੀ ਦੇ ਸਾਰੇ ਸਲੋਕ ਦੇ ਵਿੱਚ ਭਾਵੇਂ ਅੱਖਰ ਅਲੱਗ ਅਲੱਗ ਹਨ ਪਰ ਸੁਨੇਹਾ ਇੱਕ ਹੈ। ਕਬੀਰ ਜੀ ਦੀ ਇਹ ਸਾਰੇ ਸਲੋਕਾਂ ਦੇ ਵਿੱਚ ਜੋ ਸਾਨੂੰ ਇੱਕ ਗੱਲ ਸਮਝਾਉਣ ਦੀ ਕੀਤੀ ਹੈ ਉਹ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਜਪਣਾ ਕਿੰਨਾ ਜ਼ਰੂਰੀ ਹੈ, ਉਹਦੇ ਤੋਂ ਬਿਨਾਂ ਮਨੁੱਖ ਦੀ ਸਰੀਰ ਦੀ ਗਤੀ ਨਹੀਂ ਹੈ, ਔਰ ਸਾਡੀ ਸਾਰੀ ਭੱਜ ਦੌੜ ਜਿਹੜੀ ਹੈ ਇਸ ਨਾਮ ਨੂੰ ਛੱਡ ਕੇ ਮਾਇਆ ਦੇ ਪਿੱਛੇ, ਹੋਰ ਹੋਰ ਅਸੀਂ ਗੱਲਾਂ ਦੇ ਪਿੱਛੇ ਜਿਹੜਾ ਹੈ ਸਾਰਾ ਦਿਨ ਆਪਣਾ ਅੱਠ ਪਹਿਰ ਜਿਹੜੇ ਹੈ ਬਹੁਤੇ ਅਸੀਂ ਨਾਮ ਨੂੰ ਵਿਸਾਰ ਕੇ ਅਸੀਂ ਆਪਣਾ ਜੀਵਨ ਜਿਉ ਰਹੇ ਹਾਂ। ਪਰ ਤਿੰਨਾਂ ਸਲੋਕਾਂ ਦੇ ਵਿੱਚ ਇੱਕ ਹੀ ਸੁਨੇਹਾ ਹੈ ਜੋ ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਪਣਾ ਝਾਕ। ਇੱਕ ਗੱਲ ਹੀ ਲੇਖੇ ਵਿੱਚ ਪੈਣੀ ਹੈ, ਉਹ ਹੈ ਪਰਮਾਤਮਾ ਦਾ ਨਾਮ, ਤੇ ਉਹਦੇ ਤੋਂ ਬਿਨਾਂ ਜੋ ਹੈ ਉਹ ਝੱਖ ਝੱਖ ਮਾਰਨ ਦੇ ਬਰਾਬਰ ਹੈ। ਅਸੀਂ ਸਾਰਾ ਦਿਨ ਦੇਖਦੇ ਹਾਂ ਵੀ ਅਸੀਂ ਸ਼ਾਮ ਨੂੰ ਅਸੀਂ ਹਿਸਾਬ ਲਾਉਂਦੇ ਹਾਂ ਅੱਜ ਬੜੀਆਂ ਮੱਲਾਂ ਮਾਰੀਆਂ, ਪਰ ਮਹਾਰਾਜ ਫਰਮਾਉਂਦੇ ਹਨ ਜੇ ਨਾਮ ਨੂੰ ਵਿਸਾਰਿਆ ਹੈ ਔਰ
दुनियावी मल्लां मारियां हां ते ओ झक्क मारी है। सो नाम नूं जपना जो है वह बहुत जरूरी है। साडी सारियां दा साडी कोशिश है सानू आनंद आवे, सानू विकास विच असी आईए, साडा मन जिहड़ा है जुड़ जावे ते सानू आनंद नूं प्राप्त करन वास्ते आनंद सरूप नूं खोजना पएगा। आनंद सरूप जो है परमात्मा है। साध संगत जी, जे परमात्मा नूं खोजना है ते गुरु गोबिंद सिंह महाराज ने सानू फार्मूला दिता है, जो प्रभ को मिल बोच है खोज शब्द महले। ये जो शब्द हैं, जो श्लोक असी पढ़ रहे हाँ, गुरबाणी दे नाल असी जुड़ रहे हाँ, इनू खोज खोज के मन नूं असी जगाउणा है तां जो मन जिहड़ा है साडा साडा जिहड़ा मन है वह परमात्मा की याद नाल जुड़े। सो होर कोई हैंड रेस विचार जी जरूर सांझी करिए जी। हाँ जी, कोई हैंड रेस जी। वाहिगुरु जी का खालसा, वाहिगुरु जी की फतेह। नेक्स्ट श्लोक दा मीनिंग दसना चाहवांगी। कबीर नौबत अपनी दिन तसली हो बचाई। कबीर जी कहंदे ने, मनुख नूं कहंदे ने कि हे मुखा, ये शानो शौकत दा जिहड़ा ढोल है ये तू 10 दिन बजा लै। नदी नाव संजोग जी ओ बोहर ना मिले आए। भी जिवें नदी दे विच बेड़ी दे विच जदों जांदे ने तां जिहड़े उत्थे मुसाफर हुंदे ने और जिन्ना तक मतलब कि नदी विच रहिंदे ने बेड़ी ते सफर करदे ने उन्हां ते कि आपस च मिले रहिंदे ने, बाद विच इक अपने अपने रस्ते चले जांदे ने। मैं इस विच ये गल कहना चाहवांगी, कबीर जी भी यही समझाउंदे ने कि इसे तरह ही उस बेड़ी दे मुसाफर दी तरह ही साडा जीवन है कि असीं अपने जीवन नूं नाम जप के भगती करके असीं सफला कर लईए, नहीं तां इह सानूं जिवें नदी दे मुसाफर मिल नहीं सकदे उसे तरह ही ये जिहड़ा आपां नूं मनुखा जीवन है वह भी दोबारा नहीं मिल सकता। वाहिगुरु जी का खालसा, वाहिगुरु जी की फतेह। जी बहुत वधिया जी, नाम जपना ही असल जीवन का राह है। तो सानू आस पास देखते हाँ माया दे बहुत सारे हल्ले होंदे हन, सानू जो खुआर करते हैं नाम तो तोड़ते हैं, पर भगत जान जो हैं वह सुचेत रहिंदे हन। उन्होंने विखिया रंग जड़े कुड़ावे लगते हैं, सानू सुहावे लगते हैं जे असी नाम नूं उसारदे हाँ। ते भगत जन इहो जिहे हन जिन्हां नूं विख्या दे रंग उड़ावे लगते हैं। अज सौण दी संगरांद जिस तरह असीं सुणदे हाँ महीना, सानू बड़ा प्यारा संदेश महाराज फरमाउंदे हन, विख्या रंग उड़ाविया दिसन सभे चार, और अमृत बूंद सुहावनी मिल साधु पीवन हार। सो जो अमृत की बूंद है वह गुरु साधु नूं मिल के असीं जिहड़ी जो है पीते रहना है ਤਾਂ ਜੋ ਅਸੀਂ ਆਪਣਾ ਜੀਵਨ ਹੋਰ ਪ੍ਰਾਪਤ ਕਰ ਸਕੀਏ। ਰਵਿੰਦਰ ਸਿੰਘ ਜੀ ਆ ਗਏ। ਹਾਂਜੀ ਹਾਂਜੀ ਵੀਰ ਜੀ, ਕੋਈ ਵਿਚਾਰ ਹੈ ਤੇ ਸਾਂਝਾ ਕਰੋ ਜੀ, ਸਮਾਪਤੀ ਜੀ। ਹਾਂ ਨਹੀਂ ਕਰਦੇ ਜੀ, ਸਮਾਪਤੀ ਕਰਦੇ, ਕਰੋ ਪੜੋ ਸ਼ਲੋਕ ਜੀ। ਹਾਂਜੀ ਰਵਿੰਦਰ ਸਿੰਘ ਜੀ, ਬੇਨਤੀ ਸ਼ਲੋਕ ਪੜੋ ਜੀ, ਚਾਰੋ ਸ਼ਲੋਕ ਪੜੋ ਜੀ। ਹਾਂਜੀ ਨਰਿੰਦਰ ਜੀ ਨੂੰ कबीर पारस चंदन तिने है एक सुगंध, तह मिलते उत्तम पए लो काठ निर्गंध। कबीर पारस चंदन तिने है एक सुगंध, तह मिलते उत्तम पए लो काठ निर्गंध। कबीर जम का ठेंगा बुरा है वो नहीं सहया जाए, एक जो साधु मोह मिलियो तिने लिया अंचल लाए। कबीर जम का ठेंगा बुरा है ओ नहीं सहया जाए, एक जो साधु मोह मिलियो तिने लिया अंचल लाए।
कबीर वैद कहे हो ही पला दारू मेरे वस ए तो वस्त गोपाल की जब पावे ले खस कबीर नौबत अपनी दिन दस ले हो बजाए नदी नाव संजोग ज्यों बहर न मिल है आए वाहे गुरु जी का खालसा वाहे गुरु जी की फतेह जी फतेह।